ਸੁਖਮੇਰ ਸਿੰਘ ਅਤੇ ਰਾਜਸਥਾਨ ਜੋਧਪੁਰ ਡਿਸਟ੍ਰਿਕਟ ਤੋਂ ਜੀ। ਅਤੇ ਅਸੀਂ ਮਤਲਬ ਕਿ ਵੀ ਇੱਥੇ ਪਹਿਲਾਂ ਤੋਂ ਮੈਂ ਮਤਲਬ ਕਿ ਕੰਮ ਹੀ ਕਰਦਾ ਸੀਗਾ, ਸਰਵਿਸ ਕਰਦਾ ਸੀਗਾ। ਫਿਰ ਅਸੀਂ ਇਹ ਵਿਚਾਰ ਬਣਾਇਆ ਕਿ ਵੀ ਕਿ ਮੈਨੂੰ ਵਧੀਆ ਲੱਗਿਆ ਇੱਥੇ, ਤਾਂ ਕਰਕੇ ਮੈਂ ਮਤਲਬ ਕਿ ਸਪਲਾਈ ਦਾ ਕੰਮ ਸਟਾਰਟ ਕਰਿਆ। ਫਿਰ ਬਾਅਦ 'ਤੇ ਹੌਲੀ ਹੌਲੀ ਆਪਣਾ ਦੁਕਾਨ ਬਣਾਉਣ ਦਾ ਮਤਲਬ ਕਿ ਵਿਚਾਰ ਬਣਾਇਆ। ਅਤੇ ਸਾਡੀ ਸਪਲਾਈ ਦੀ ਸਟਾਰਟਿੰਗ ਮਤਲਬ ਕਿ 2005 ਦੇ ਮਤਲਬ ਕਿ 2005 ਦੇ ਅਸੀਂ ਸਪਲਾਈ ਸਟਾਰਟਿੰਗ ਕਰੀ। ਉਹਦੇ ਬਾਅਦ 'ਤੇ ਅਸੀਂ 2012 ਦੇ ਵਿੱਚ ਸ਼ੋਪ ਓਪਨ ਕਰੀ ਮਤਲਬ ਕਿ। ਅਤੇ ਜਿਹੜੀ ਵੀ ਕੁਆਲਿਟੀ ਐਨ ਵਧੀਆ ਕੁਆਲਿਟੀ ਤਿਆਰ ਕਰੀ ਦੀ ਆਪਣੀ ਮੈਨੂਫੈਕਚਰਿੰਗ ਟੋਟਲ ਵੀ ਮਤਲਬ ਜਿਹੜੇ ਵੀ ਆ ਵਰਕਰ ਹੈ ਸਾਰੇ ਮਤਲਬ ਕਿ ਅਸੀਂ ਸਾਰੇ ਰਾਜਸਥਾਨ ਦੇ ਹੈ ਮਤਲਬ ਕਿ। ਵਧੀਆ ਮਤਲਬ ਕਿ ਬਹੁਤ ਬੜੀ ਬੜੀ ਸ਼ੋਪਾਂ ਦੇ ਮੁਕਾਬਲੇ ਅਸੀਂ ਕੁਆਲਿਟੀ ਤਿਆਰ ਕਰੀ ਦੀ ਮਤਲਬ ਕਿ। ਇੱਕ ਰੇਟਾਂ ਦਾ ਇੰਨਾ ਫਰਕ ਜਿਵੇਂ ਮਾਰਕੀਟ 'ਚ ਰੇਟ ਹੈ, ਜਿਵੇਂ ਕਾਜੂ ਬਰਫੀ ਹੈ ਤੁਹਾਡੀ 500 ਰੁਪਏ ਤੁਸੀਂ ਦੇ ਦਿਓ ਅਤੇ 900 ਰੁਪਏ ਸਰ ਮਤਲਬ ਕਿ ਅੱਜ ਦੀ ਰੇਟ ਡੇਟ ਦੇ ਦੇਖੋ ਕਿ ਕਾਜੂ ਮਤਲਬ ਕਿ 450-450 ਰੁਪਏ ਮੈਂ ਕਾਜੂ ਮਿਲ ਜਾਂਦੇ ਹੈ। ਵੈਸੇ ਮਤਲਬ ਕਿ ਅਗਰ ਜੇ ਦੇਖਿਆ ਜਾਵੇ ਤਾਂ ਉਹਦੇ ਵਿੱਚ ਅੱਧੋ ਅੱਧ ਚੀਨੀ ਪੈਂਦੀ ਹੈ, ਅਤੇ ਉਹ ਮਤਲਬ ਕਿ ਸਾਨੂੰ ਆਪਣੇ ਪੜ੍ਹਦੇ ਜੇ ਤਾਂ ਕਰਕੇ ਅਸੀਂ ਸੋਚਦੇ ਕਿ ਵੀ ਇੰਨੇ ਮਾਰਕੀਟ ਨਾਲੋਂ ਹਟ ਕੇ ਰੇਟ ਰੱਖੀ ਅਤੇ ਆਪਾਂ ਮਤਲਬ ਕਿ ਜਿਹੜਾ ਸਾਡਾ ਗਾਹਕ ਮਤਲਬ ਕਿ ਬਣਿਆ ਰਹੇ। ਅਤੇ ਅਸੀਂ ਲੋਕਡਾਊਨ ਦੇ ਮਾਰਚ ਮਹੀਨੇ ਦੇ ਵਿੱਚ ਮਤਲਬ ਅਸੀਂ ਦੁਕਾਨ ਬੰਦ ਕਰਕੇ ਅਸੀਂ ਰਾਜਸਥਾਨ ਚਲੇ ਗਏ ਸੀਗੇ ਜੋਧਪੁਰ, ਅਤੇ ਹੁਣ ਹੀ ਓਪਨ ਕਰੀਏ। ਉਹਦੇ ਵਾਸਤੇ ਅਸੀਂ ਸੋਚਦੇ ਕਿ ਵੀ ਸਾਡੇ ਜਿਹੜੇ ਗਾਹਕ ਮਤਲਬ ਟੁੱਟ ਕੇ ਉਹ ਦੁਬਾਰੇ ਲੱਗੇ ਮਤਲਬ ਕਿ ਜਿਹੜੀ ਚੀਜ਼ ਕੋਈ ਮਾਰਕੀਟ ਤੋਂ ਹਟ ਕੇ ਰੇਟ ਹੋਊਗਾ ਤਾਂ ਗਾਹਕ ਆਪਣੇ ਆਪ ਚਲਾ ਕੇ ਆਊਗਾ ਮਤਲਬ ਕਿ। ਸਪੈਸ਼ਲ ਕਿਆ ਕੁਛ ਬਣਾ ਰਹੇ ਸਾਡੀ ਜਿਹੜੀ ਸਪੈਸ਼ਲ ਹੈ ਜੀ ਜੋਧਪੁਰ ਦੀ, ਇੱਕ ਤੋਂ ਮਾਵਾ ਕਚੋਰੀ ਜੀ ਅਤੇ ਮਿਰਚੀ ਵੜੇ, ਇਹ ਦੋ ਚੀਜ਼ਾਂ ਸਾਡੀ ਮਤਲਬ ਕਿ ਉੱਧਰ ਦੀ ਸਪੈਸ਼ਲ ਚੀਜ਼ ਨੇ ਮਤਲਬ ਕਿ। ਆਮ ਇੱਕ ਦੇਖਿਆ ਵੀ ਲੋਕ ਨਾ ਮਾਵਾ ਵਗੈਰਾ ਬਾਹਰੋਂ ਮੰਗਾ ਕੇ ਉਹਦਾ ਤਿਆਰ ਕਰਦੇ ਆ ਸਰ, ਮਤਲਬ ਕਿ ਸਾਡੀ ਆਪਣੀ ਜਿਹੜੀ ਵੀ ਮੈਨੂਫੈਕਚਰਿੰਗ ਹੈ ਸਾਰੀ ਖੋਆ ਆਪਣਾ ਤਿਆਰ ਕਰਦੇ ਜੀ। ਦੂਜ ਸਾਡਾ ਦੂਜਿਆਂ ਦਾ ਦੁੱਧ ਆਉਂਦਾ ਮਤਲਬ ਕਿ ਜਿਹੜਾ ਉਹ ਆਪਣਾ ਖੋਆ ਕੱਢ ਕੇ ਫਿਰ ਬਾਅਦ 'ਤੇ ਬਰਫੀਆਂ ਵਗੈਰਾ ਸਾਰਾ ਮਾਲ ਆਪਣਾ ਤਿਆਰ ਕਰੀਦਾ ਮਤਲਬ ਕਿ। ਅਸੀਂ ਕਦੇ ਵੀ ਮਤਲਬ ਕਿ ਬਾਹਰੋਂ ਮਾਲ ਨਹੀਂ ਲੀਦਾ। ਇੱਕ ਸਪਲਾਈ ਕਿੱਥੇ ਕਿੱਥੇ ਜਾ ਰਹੀ ਹੈ? ਸਾਡੀ ਸਪਲਾਈ ਮਤਲਬ ਚੰਡੀਗੜ੍ਹ ਮੋਹਾਲੀ ਅਤੇ